ਜ਼ਰੂਰਤਮੰਦਾਂ ਦੇ ਮਸੀਹਾ ਦਸਤਾਰ ਈਦੀ ਕੋ ਗ੍ਰਾਂ ਕਦਰ ਖਿਦਮਤ ਤੇ ਕਈ ਬੈਨੁਲ ਅਕਵਾਮੀ ਤੇ ਕੌਮੀ ਇਜਾਜ਼ਤ ਨਾਲ ਨਵਾਜ਼ਿਆ ਗਿਆ। 1966 ਅਵਾਮੀ ਖਿਦਮਤ ਦੇ ਇਤਰਾਫ ਵਿੱਚ ਅਬਦਸਤਾਰ ਈਦੀ ਕੋ ਰਾਮੂਨ ਮਗਸੇ ਅਵਾਰਡ ਨਾਲ ਨਵਾਜ਼ਿਆ ਗਿਆ। 1988 ਲੈਨਨ ਅਮਨ ਇਨਾਮ ਮਿਲਿਆ, ਬਲ 1989 ਵਿੱਚ ਨਿਸ਼ਾਨ ਇਮਤਿਆਜ਼ ਤੇ ਪਾਕ ਫੌਜ ਦੀ ਤਰਫੋਂ ਏਜ਼ਾਜ਼ੀ ਸ਼ੀਲਡਸ ਤੋਂ ਵੀ ਨਵਾਜ਼ਿਆ ਗਿਆ। 1992 ਵਿੱਚ ਪਾਲ ਹੈਰਿਸ ਫੈਲੋ ਰੋਟਰੀ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਤਰਫੋਂ ਅਵਾਰਡ ਮਿਲਿਆ। 2000 ਵਿੱਚ ਈਦੀ ਦੀ ਐਂਬੂਲੈਂਸ ਸਰਵਿਸ ਕੋ ਦੁਨੀਆ ਦੀ ਸਭ ਤੋਂ ਵੱਡੀ ਰਜ਼ਾਕਾਰਾਨਾ ਐਂਬੂਲੈਂਸ ਸਰਵਿਸ ਦੀ ਹੈਸੀਅਤ ਨਾਲ ਗਨੇਜ਼ ਬੁੱਕ ਆਫ ਵਰਲਡ ਰਿਕਾਰਡ ਦਾ ਹਿੱਸਾ ਬਣਾਇਆ ਗਿਆ। 2000 ਵਿੱਚ ਮੁਤਹਿਦਾ ਅਰਬ ਅਮਰਾਤ ਵਿੱਚ ਹਮਦਾਨ ਏਜ਼ਾਜ਼ ਬਰਾਏ ਅਮੂਮੀ ਤਿੱਬੀ ਖਿਦਮਤ ਮਿਲਿਆ। ਉਹ ਸਾਲ ਬੈਨ ਅਲਾਕਵਾਮੀ ਬਿਲਜ਼ਾਨ ਏਜ਼ਾਜ਼ ਬਰਾਏ ਇਨਸਾਨੀਅਤ ਅਮਨ ਅਤੇ ਭਾਈਚਾਰਾ ਦਿੱਤਾ ਗਿਆ। ਉਵੇਂ ਤਾਂ ਅਬਦਸਤਾਰ ਈਦੀ ਪੜ੍ਹੇ ਲਿਖੇ ਕਹਿਣਾ ਹਨ, ਪਰ 2006 ਵਿੱਚ ਉਹਨਾਂ ਕੋਲ ਇੰਸਟੀਟਿਊਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਏਜ਼ਾਜ਼ੀ ਡਾਕਟਰੇਟ ਦੀ ਡਿਗਰੀ ਦਿੱਤੀ ਗਈ। 2009 ਵਿੱਚ ਯੂਨੈਸਕੋ ਮਨਜੀਤ ਸਿੰਘ ਏਜ਼ਾਜ਼, 2010 ਵਿੱਚ ਅਹਿਮਦਿਆ ਮੁਸਲਿਮ ਅਮਨ ਏਜ਼ਾਜ਼ ਨਾਲ ਵੀ ਨਵਾਜ਼ਿਆ ਗਿਆ।